हाँ जी प्लस वन क्लास, टुडे वी विल स्टार्ट विद आवर न्यू टॉपिक हॉस्टोरियल और द पैरासिटिक रूट्स. इन द लास्ट सेशन वी हैव डन विद द वाइटल फंक्शंस रिगार्डिंग द असिमिलेटरी रूट्स एंड द डिफरेंस बिटवीन द रेस्पिरेटरी रूट एंड द असिमिलेटरी रूट्स. नाउ टुडे वी विल स्टार्ट विद द न्यू टॉपिक हॉस्टोरियल और द पैरासिटिक रूट्स. ਬੇਟਾ ਸੋ ਸਟਾਰਟ ਕਰਾਂਗੇ. ਦ ਰੂਟਸ ਅਕਰ ਇਨ ਦਾ ਪੈਰਾਸਾਈਟਸ. ਪੈਰਾਸਾਈਟ ਟਰਮਸ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ. ਪੈਰਾਸਾਈਟ ਟਰਮ ਉਹ ਹੁੰਦੀਆਂ ਨੇ ਜੋ ਦੂਸਰੇ 'ਤੇ ਆਸ਼ਰਿਤ ਰਹਿੰਦਾ ਹੈ. ਆਸ਼ਰਿਤ ਕਹਿਣ ਦਾ ਮਤਲਬ ਦੂਸਰੇ 'ਤੇ ਡਿਪੈਂਡ ਰਹਿੰਦਾ. ਉਹ ਚਾਹੇ ਪਲਾਂਟ ਦੇ ਰੂਪ ਵਿੱਚ ਹੈ, ਚਾਹੇ ਉਹ ਐਨੀਮਲ ਦੇ ਰੂਪ ਵਿੱਚ ਹੈ, ਉਹ ਦੂਸਰੇ ਪਲਾਂਟ ਉੱਤੇ ਆਸ਼ਰਿਤ ਰਹਿੰਦਾ ਹੈ. ਸੋ ਉਹਨਾਂ ਨੂੰ ਅਸੀਂ ਪੈਰਾਸਾਈਟਸ ਬੋਲਦੇ ਹਾਂ. ਉਹ ਕੈਟਾਗਰੀ ਜਿਹੜੀ ਦੂਸਰੇ ਉੱਤੇ ਡਿਪੈਂਡ ਰਹਿੰਦੀ ਹੈ ਆਪਣੇ ਭੋਜਨ ਲਈ. ਸੋ ਦ ਰੂਟਸ ਅਕਰ ਇਨ ਦਾ ਪੈਰਾਸਾਈਟਸ ਫੋਰ ਅਬਜ਼ੋਰਬਿੰਗ ਨਰਿਸ਼ਮੈਂਟ. ਇੱਥੋਂ ਹੀ ਗੱਲ ਕਲੀਅਰ ਹੋ ਗਈ ਕਿ ਉਹਨਾਂ ਨੇ ਆਪਣਾ ਨਰਿਸ਼ਮੈਂਟ ਜਿਹੜਾ ਹੈ ਫਰੋਮ ਦਾ ਹੋਸਟ. ਹੋਸਟ ਕੀ ਹੁੰਦਾ? ਜਿਹਦੇ ਉੱਤੋਂ ਉਹ ਆਪਣਾ ਨਰਿਸ਼ਮੈਂਟ ਲੈਂਦਾ ਹੈ. ਹੁਣ ਇਹਦੇ ਸੰਦਰਭ ਵਿੱਚ ਜੇਕਰ ਅਸੀਂ ਗੱਲ ਕਰੀਏ, ਇਹ ਉਹ ਤਰ੍ਹਾਂ ਦੇ ਰੂਟਸ ਨੇ, ਉਸ ਤਰ੍ਹਾਂ ਦੀਆਂ ਪਲਾਂਟਸ ਨੇ. ਐਕਚੁਅਲੀ ਜ਼ਿਆਦਾਤਰ ਇਹਦੇ ਵਿੱਚ ਵੇਲਾਂ ਹੁੰਦੀਆਂ ਨੇ. ਉਹ ਸੱਕਰਸ ਨੇ, ਉਹ ਸਕਿੰਗ ਰੂਟਸ ਇਹਨਾਂ 'ਚ ਡਿਵੈਲਪ ਹੁੰਦੀਆਂ ਨੇ, ਜਿਹੜੀਆਂ ਦੂਸਰੇ ਪਲਾਂਟ ਦੇ ਉੱਤੇ ਵੇਲ ਵਾਂਗੂ ਵਿਲ ਜਾਂਦੀ ਹੈ ਔਰ ਉਹਦੇ ਪਲਾਂਟ ਦੇ ਵਿੱਚੋਂ ਹੀ ਆਪਣਾ ਭੋਜਨ ਜਿਹੜਾ ਵਾ ਉਹ ਸੱਕ ਕਰ ਲੈਂਦੇ ਆ, ਮਤਲਬ ਚੂਸ ਲੈਂਦੇ ਆ ਔਰ ਆਪਣਾ ਭੋਜਨ ਖੁਦ ਨਹੀਂ ਬਣਾਉਂਦੇ. ਸੋ ਨਰਿਸ਼ਮੈਂਟ ਫਰੋਮ ਦਾ ਹੋਸਟ. ਹੋਸਟ ਦਾ ਮਤਲਬ ਇੱਥੇ ਬੇਟਾ ਕਲੀਅਰ ਹੋ ਗਿਆ. ਇੱਕ ਟਰਮ ਹੋਸਟ ਆ ਗਈ, ਇੱਕ ਆ ਗਈ ਪੈਰਾਸਾਈਟਸ. ਦੋ ਟਰਮਸ ਇਸ ਸੈਂਟੈਂਸ ਦੇ ਵਿੱਚ ਜਿਹੜੀਆਂ ਨੇ ਤੁਹਾਡੇ ਲਈ ਇੰਪੋਰਟੈਂਟ ਨੇ. ਪੈਰਾਸਾਈਟਸ ਆ ਗਈਆਂ ਜਿਹੜੀ ਦੂਸਰੇ 'ਤੇ ਆਸ਼ਰਿਤ ਯਾਨੀ ਕਿ ਡਿਪੈਂਡ ਰਹਿਣਗੀਆਂ ਫੋਰ ਦੇਅਰ ਫੂਡ ਔਰ ਦੂਸਰਾ ਜਿਹਦੇ 'ਤੇ ਡਿਪੈਂਡ ਰਹਿਣੀ ਆ, ਜਿਹਦੇ ਤੋਂ ਭੋਜਨ ਲੈਣਾ ਹੈ, ਉਹ ਹੈ ਹੋਸਟ. ਇਜ਼ ਇਟ ਕਲੀਅਰ? ਨਾਓ ਨੈਕਸਟ, ਹੈਂਸ ਦੇ ਆਰ ਆਲਸੋ ਕੋਲਡ ਸਕਿੰਗ ਰੂਟਸ ਔਰ ਸਕਰਸ. ਇਸ ਕਰਕੇ ਇਹਨਾਂ ਨੂੰ ਸਕਿੰਗ ਰੂਟਸ ਦਾ ਨਾਮ ਦਿੱਤਾ ਗਿਆ ਹੈ ਜਾਂ ਸਕਰਸ ਕਿਹਾ ਗਿਆ, ਜਿਹੜੇ ਸੱਕ ਕਰ ਲੈਂਦੇ ਹਨ ਜਾਂ ਜਿਹੜੇ ਚੂਸ ਲੈਂਦੇ ਹਨ. ਕਸਕਿਊਟਾ, ਡੋਡਰ ਵਰਨ, ਅੰਬਰ ਵੇਲ ਹੈ ਔਰ ਆਕਾਸ਼ ਵੇਲ ਇਹਦਾ ਨਾਮ ਦਿੱਤਾ ਗਿਆ, ਜਿਹੜਾ ਨੋਰਮਲ ਅਸੀਂ ਕੋਮਨ ਨੇਮ ਯੂਜ਼ ਕਰਦੇ ਹਾਂ. ਹੈਜ਼ ਨੋਨ ਗ੍ਰੀਨ ਸਟੈਮਸ ਐਂਡ ਸਕੇਲ ਲੀਵਸ. ਇਹਨਾਂ ਦੇ ਜਿਹੜੀਆਂ ਸਟੈਮਸ ਨੇ ਉਹ ਨੋਨ ਗ੍ਰੀਨ ਹੁੰਦੀਆਂ. ਮੋਸਟਲੀ ਇਹ ਨੋਨ ਗ੍ਰੀਨ ਹੀ ਹੁੰਦੇ ਨੇ ਕਿਉਂਕਿ ਇਹਨਾਂ ਕੋਲ ਕਲੋਰੋਫਿਲ ਅਗਰ ਨਹੀਂ ਹੈ ਤਾਂ ਆਪਣੀ ਫੋਟੋਸਿੰਥੈਸਿਸ ਦੇ ਨਾਲ ਆਪਣਾ ਭੋਜਨ ਖੁਦ ਨਹੀਂ ਬਣਾ ਸਕਦੇ. ਸੋ ਇਸ ਕਰਕੇ ਇਹ ਦੂਸਰੇ ਤੋਂ ਜਿਹੜਾ ਵਾ ਆਪਣਾ ਭੋਜਨ ਜਿਹੜਾ ਉਹ ਸੱਕ ਕਰਦੇ ਨੇ ਜਾਂ ਲੈ ਲੈਂਦੇ ਨੇ. ਸੋ ਨੋਨ ਗ੍ਰੀਨ ਸਟੈਮਸ ਐਂਡ ਸਕੇਲ ਲੀਵਸ ਇਹਨਾਂ ਕੋਲ ਹੁੰਦੇ ਨੇ. ਸਕੇਲ ਲੀਵਸ ਮਤਲਬ ਬੜੇ ਛੋਟੇ ਛੋਟੇ ਜਿਹੇ ਲੀਵਸ ਨੇ ਜਿਹੜੇ ਨਜ਼ਰ ਨਹੀਂ ਆਉਂਦੇ. ਸੋ ਇਟ ਡਜ਼ ਨੋਟ ਹੈਵ ਐਨੀ ਕਨੈਕਸ਼ਨ ਵਿਦ ਦਾ ਸੋਇਲ. ਇਹਨਾਂ ਦਾ ਡਾਇਰੈਕਟ ਕਨੈਕਸ਼ਨ ਨਹੀਂ ਹੁੰਦਾ ਸੋਇਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ. ਸੋ ਸੋਇਲ ਦੇ ਨਾਲ ਕੋਈ ਡਾਇਰੈਕਟ ਕਨੈਕਸ਼ਨ ਨਹੀਂ ਹੈ. ਦ ਪੈਰਾਸਾਈਟ ਸੈਂਡਸ ਹੋਸਟੋਰੀਅਲ ਰੂਟਸ ਇਨ ਟੂ ਦਾ ਹੋਸਟ. ਇਹ ਧਿਆਨ ਨਾਲ ਡਾਇਗਰਾਮ ਨੂੰ ਦੇਖੋ. ਦਿਸ ਇਜ਼ ਦਾ ਹੋਸਟ ਜਿਹਦੇ ਉੱਤੇ ਇਹ ਬੇਲ ਜਿਹੜੀ ਆ ਉਹ ਚਿਪਕੀ ਹੋਈ ਹੈ. ਠੀਕ ਹੈ. ਸੋ ਚਿਪਕੀ ਹੋਣ ਦੇ ਕਾਰਨ ਇਹ ਹੋਸਟੋਰੀਅਲ ਰੂਟਸ ਨੇ ਜਿਹੜੀਆਂ ਉਹਦੇ ਵਿੱਚ ਇਹਨੂੰ ਆਪਣੇ ਆਪ ਨੂੰ ਭੇਜ ਰਹੀ ਹੈ ਹੋਸਟ ਦੇ ਵਿੱਚ. ਇਹਦੀ ਗੱਲ ਉਹਨੇ ਕਲੀਅਰ ਕਰ ਦਿੱਤੀ ਹੈ. ਦ ਪੈਰਾਸਾਈਟ ਸੈਂਡਸ ਹੋਸਟੋਰੀਅਲ ਰੂਟ ਇਨ ਟੂ ਦਾ ਹੋਸਟ. ਹੋਸਟ ਦੇ ਵਿੱਚ ਇਹ ਹੋਸਟੋਰੀਅਲ ਰੂਟ ਜਿਹੜੀ ਹੈ ਉਹ ਜਾਂਦੀ ਹੈ ਔਰ ਉਹਦੇ ਵਿੱਚੋਂ ਉਹਦੀ ਨਰਿਸ਼ਮੈਂਟ ਜਿਹੜੀ ਹੈ ਉਹ ਲੈ ਲੈਂਦੀ ਹੈ. ਫੋਰ ਐਗਜ਼ਾਮਪਲ ਦੁਰੰਤਾ, ਜ਼ਾਈਗੇਫਸ, ਸਿਟਰਸ, ਅਕੇਸ਼ੀਆ, ਸੀਰੋ ਡੈਂਡਰਮ ਅਤੇ ਮੇਕ ਕਨੈਕਸ਼ਨਸ ਵਿਦ ਬੋਥ ਜ਼ਾਈਲਮ ਵਾਟਰ ਚੈਨਲ ਐਂਡ ਫਿਲੋਮ ਫੂਡ ਚੈਨਲ. ਹੁਣ ਅਸੀਂ ਗੱਲ ਅੱਗੇ ਵੀ ਕਰ ਚੁੱਕੇ ਹਾਂ ਪਿਛਲੇ ਟੋਪਿਕਸ ਦੇ ਵਿੱਚ ਵੀ, ਜੋ ਕੈਂਬੀਅਮਸ ਨੇ ਮਤਲਬ ਕੈਂਬੀਅਮਸ ਜੋ ਚੈਨਲ ਚੱਲਦੇ ਨੇ, ਜ਼ਾਈਲਮ ਅਤੇ ਫਿਲੋਮ ਚੈਨਲ ਚੱਲਦੇ ਨੇ ਕਿਸੇ ਵੀ ਪਲਾਂਟ ਦੇ ਅੰਦਰ, ਜਿਨ੍ਹਾਂ ਦੇ ਵਿੱਚ ਟਰਾਂਸਪੋਰਟੇਸ਼ਨ ਆਫ ਦ ਮਿਨਰਲਸ, ਫੂਡ ਐਂਡ ਵਾਟਰ ਹੁੰਦਾ ਹੈ, ਉਹਦੇ ਤੱਕ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਪਹੁੰਚ ਜਾਂਦੀਆਂ ਨੇ ਔਰ ਉਸ ਜਗ੍ਹਾ 'ਤੇ ਜਿੱਥੇ ਸਾਰੀ ਦੀ ਸਾਰੀ ਡਿਲੀਵਰੀ ਸਾਰੇ ਪਲਾਂਟ ਨੂੰ ਕੀਤੀ ਜਾ ਰਹੀ, ਉਹਦੇ ਵਿੱਚੋਂ ਹੀ ਆਪਣਾ ਭੋਜਨ ਜਿਹੜਾ ਉਹ ਸੱਕ ਕਰ ਲੈਂਦੇ ਨੇ. ਸੋ ਹੋਸਟ ਦੇ ਚੈਨਲਸ ਦੇ ਵਿੱਚ ਇਹਨਾਂ ਨੇ ਪਹੁੰਚਣਾ ਹੈ, ਅਬਜ਼ੋਰਬਿੰਗ ਬੋਥ ਵਾਟਰ ਐਂਡ ਫੂਡ. ਦ ਪਾਰਸ਼ੀਅਲ ਪੈਰਾਸਾਈਟ ਆਫ ਵੈਸਕਮ. ਹੁਣ ਪਾਰਸ਼ੀਅਲ ਵਰਡ ਆ ਗਿਆ, ਮਤਲਬ ਕਿ ਕੰਪਲੀਟ ਪੈਰਾਸਾਈਟ ਨਹੀਂ ਹੈ, ਪਾਰਸ਼ੀਅਲ ਹੈ. ਸੋ ਮਿਸਟਲ ਟੋਏ ਇਜ਼ ਅ ਗ੍ਰੀਨ. ਉਹ ਗ੍ਰੀਨ ਹੁੰਦਾ, ਇਟ ਸੈਂਡਸ ਅ ਪ੍ਰਾਇਮਰੀ ਹੋਸਟੋਰੀਅਮ ਟੂ ਦਾ ਹੋਸਟ ਫਰੋਮ ਵਿਚ ਸੈਕੰਡਰੀ ਹੋਸਟੋਰੀਆ ਰਾਈਜ਼ ਮੇਕਿੰਗ ਕਨੈਕਸ਼ਨ ਵਿਦ ਦ ਜ਼ਾਈਲਮ ਚੈਨਲਸ ਆਫ ਦ ਹੋਸਟ ਫੋਰ ਅਬਜ਼ੋਰਬਿੰਗ ਵਾਟਰ ਐਂਡ ਮਿਨਰਲ ਸਾਲਟਸ ਓਨਲੀ. ਇਹਨੂੰ ਧਿਆਨ ਨਾਲ ਦੇਖੋ ਨੀਚੇ ਵਾਲੀ ਡਾਇਗਰਾਮ ਨੂੰ, ਕਿਸ ਤਰ੍ਹਾਂ ਦੇਖੋ ਇਹ ਪੈਰਾਸਾਈਟ ਹੈ, ਇਹ ਹੋਸਟ ਹੈ. ਠੀਕ ਹੈ, ਇਹ ਪੈਰਾਸਾਈਟ ਹੈ ਔਰ ਇਹ ਹੋਸਟ. ਕਿਸ ਤਰ੍ਹਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਹੋਸਟ ਦੇ, ਦਿਸ ਇਜ਼ ਦਾ ਕੈਂਬੀਅਮ ਰੀਜਨ, ਦਿਸ ਇਜ਼ ਦਾ ਫਿਲੋਮ ਔਰ ਜ਼ਾਈਲਮ ਰੀਜਨ. ਇੱਥੋਂ ਤੱਕ ਪਹੁੰਚ ਕੇ ਇਹਦੇ ਵਿੱਚੋਂ ਹੀ ਉਹਨਾਂ ਨੇ ਸੱਕ ਕਰ ਲੈਣਾ ਹੈ. ਜਦੋਂ ਅਸੀਂ ਪਲਾਂਟ ਨੂੰ ਲੈਫਟ ਹੈਂਡ ਸਾਈਡ 'ਤੇ ਕੱਟਦੇ ਹਾਂ ਜਾਂ ਉਹਨੂੰ ਟ੍ਰਾਂਸਵਰਸਲੀ ਉਹਨੂੰ ਕੱਟ ਕਰ ਦਿੰਦੇ ਹਾਂ, ਤਾਂ ਮਾਈਕਰੋਸਕੋਪ ਦੇ ਅੰਦਰ ਜੋ ਉਹਦਾ ਦ੍ਰਿਸ਼ ਬਣਦਾ ਹੈ ਉਹ ਕੁਝ ਇਸ ਤਰ੍ਹਾਂ ਦਾ ਬਣਦਾ ਹੈ. ਪੈਰਾਸਾਈਟ ਜਿਹੜਾ ਮਤਲਬ ਕਿ ਅਸੀਂ ਵੇਲ ਦੀ ਗੱਲ ਕਰ ਰਹੇ ਹਾਂ, ਉਹਦੀਆਂ ਰੂਟਸ ਨੇ ਫਿਲੋਮ ਆਫ ਦਾ ਪੈਰਾਸਾਈਟ, ਉਹਦੇ ਅੰਦਰ ਵੀ ਫਿਲੋਮ ਹੈਗਾ, ਜ਼ਾਈਲਮ ਉਹਦੇ ਅੰਦਰ ਵੀ ਹੈਗਾ, ਆਸਟੋਰੀਅਮ ਹੈ. ਠੀਕ ਹੈ, ਇਹ ਰੂਟਸ ਨੇ ਉਹਦੇ ਅੰਦਰ ਜਾ ਰਹੀਆਂ, ਐਡਹੈਸਿਵ ਟਿਸ਼ੂ ਦੇ ਨਾਲ ਜੁੜ ਗਈਆਂ ਨੇ. ਇਹ ਹੋਸਟ ਹੈ, ਉਹਦਾ ਫਿਲੋਮ ਆਫ ਦਾ ਹੋਸਟ ਔਰ ਜ਼ਾਈਲਮ ਆਫ ਦਾ, ਇਹਦੇ ਵਿੱਚੋਂ ਉਹ ਆਪਣੇ ਫਿਲੋਮ ਔਰ ਜ਼ਾਈਲਮ ਨੂੰ ਜਿਹੜਾ ਨਰੂਟ
ਮਾਈਗ੍ਰੇਸ਼ਨ ਹੈ ਉਹ ਪਹੁੰਚਾ ਰਹੇ ਹਨ, ਫੂਡ ਚੈਨਲ ਅਤੇ ਵਾਟਰ ਚੈਨਲ, ਫਿਲੋਮ ਔਰ ਜ਼ਾਇਲਮ। ਆਪਣੇ ਫੂਡ ਔਰ ਵਾਟਰ ਚੈਨਲ ਨੂੰ ਫਿਲ ਕਰਨ ਲਈ ਹੋਸਟ ਦੇ ਫੂਡ ਔਰ ਵਾਟਰ ਚੈਨਲ ਵਿੱਚੋਂ ਸਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਆਪਣਾ ਜਿਹੜਾ ਵਾ ਭੋਜਨ ਜਿਹੜਾ ਉਹ ਐਜ਼ ਇਟ ਇਜ਼ ਹੀ ਪ੍ਰੋਪਰ ਕੀਤਾ ਜਾ ਸਕੇ। ਸੋ ਡੈਟਸ ਕੰਪਲੀਟ ਫੋਰ ਟੂਡੇ। ਵੀ ਹੈਵ ਡਿਸਕਸਡ ਅਬਾਊਟ ਦ ਹੋਸਟੋਰੀਅਲ ਔਰ ਦ ਪੈਰਾਸਿਟਿਕ ਰੂਟਸ। ਇਹਦੀਆਂ ਡਾਇਗਰਾਮਸ ਨੂੰ ਇੱਕ ਵਾਰੀ ਦੇਖ ਲਓ। ਇਹ ਉਹਦਾ ਬਾਹਰੀ ਦ੍ਰਿਸ਼ ਹੈ ਜਿਸ ਤਰ੍ਹਾਂ ਹੋਸਟ ਦੇ ਉੱਤੇ ਇਹ ਘੁੰਮਦੀ ਘੁੰਮਾਉਂਦੇ ਆ ਆਪਣੇ ਆਪ ਨੂੰ ਗਰੋ ਕਰ ਲੈਂਦੀਆਂ ਹਨ ਉਸ ਤੋਂ ਬਾਅਦ। ਔਰ ਇਹ ਉਹਦਾ ਅੰਦਰ ਵਾਲਾ ਦ੍ਰਿਸ਼ ਹੈ ਜਿਹੜਾ ਅੰਦਰ ਸੈੱਲ ਲੈਵਲ 'ਤੇ ਕੰਮ ਚੱਲ ਰਿਹਾ ਹੈ ਉਹ ਇਸ ਤਰ੍ਹਾਂ ਦਾ ਹੈ। ਓਕੇ ਬੇਟਾ ਜੀ, ਡੈਟਸ ਇਨਫ ਫੋਰ ਟੂਡੇ ਕਲਾਸ।